कैप्टन अमरिंदर सिंह का अपना कसूर कोई नहीं, ही इज ए वेरी गुड मैन, वेरी गुड इंसान, बहुत अच्छा पॉलिटिशियन है, तजर्बेकार है, स्टेट को संभाल सकता है, पर उसका चुगिरदा माड़ा सी जिहड़ा लै के ਵੀ ਨਵੀਂ ਪਾਰਟੀ ਐਲਾਨ ਕਰਨ ਵਾਲੇ ਨੇ ਕੱਲ੍ਹ, ਕੀ ਤੁਸੀਂ ਉਹਨਾਂ ਦੀ ਪਾਰਟੀ ਦਾ ਹਿੱਸਾ ਬਣਾ ਸਕਦੇ ਹੋ ਉਹਦੇ ਨਾਲ ਮਿਲ ਸਕਦੇ? ਮੈਂ ਨਹੀਂ ਕਿਸੇ ਨੂੰ ਕਹਿਦਾ ਨਾ ਮੈਂ ਕਿੱਥੋਂ ਜਾਵਾਂ, ਕਿਉਂ ਮੇਰੇ ਕੋਲ ਉਹਨਾਂ ਕੋਲ ਸਾਰਾ ਡਿਵਾਈਡਡ ਹਾਊਸ ਆ, ਮੇਰੇ ਕੋਲ ਆਪਣਾ 42% ਹਾਊਸ ਆ ਜਿਹਨੇ ਮੇਰੇ ਕੋਲ ਲਿਆ ਨੂੰ। अगर कैप्टन अमरिंदर सिंह की गल की जाए, उन्हों की जो महिला मित्र है अरूसा को लैके, क्योंकि पंजाब के मुद्दे लोग भूल गए हैं, अरूसा आलम को ज़्यादा हाईलाइट किया जा रहा है, मुद्दे तो पिछे रह गए, अरूसा आलम ज़्यादा हाईलाइट हो रहा है। 12 साल की तो रह रही है, उदन याद नहीं जिसके नाल मंत्री से अज ने फोटो रिलीज की कैप्टन साहब ने, 14-15 फोटो ने, सारे लैब च बैठे है, उदो नहीं पता अरूसा आलम है, उदो पैसे भी देंगे सी, काम भी कराते थे, अपने मिनिस्टर भी बनते थे, उदो रूसा वाला वधिया सी, अज रूसा वाला माड़ी हो गई। पहले UPA सरकार से उन्होंने बीजा दिता, NDA सरकार ही उन्होंने बीजा दिता, रूसा वाला भी जंप तो करने की। सत श्री अकाल, तुसीं वेख रहे हो फैक्ट न्यूज़, मैं हाँ नीरू बिचलवान। अगर गल की जाए पंजाब च नित नवी पार्टी जो है रोज़ नवी आती है, लेकिन अज की पार्टी की अगर गल करिए तो एक्स कैबिनेट मिनिस्टर रहे ने अपने अपनी नवी पार्टी जो है पंजाब लोक हित पार्टी नूं लॉन्च किया, बिरमी साहब किवें देखते हो अजिहा की हो गया, क्योंकि तुसीं कांग्रेस के विचकार भी रहे, तुसीं अकाली दे विचकार भी रहे, हुण तुसीं नवी पार्टी अपनी जो है शुरू की। गल ये है जी कि जिहड़ा OBC वर्ग है बहुत दबड़िया कुचड़िया वर्ग है, असी बहुत ट्राई की है, मिन्नत तरले भी किए, इन्हों प्यार भी पेश आके देखा, पर किसी पार्टी ने साड़ी सुनवाई नहीं की। अज दुखी हो गए अं स्टैप चक्या कि जिहड़े साडे लटकते मसले आ रहे 70 साल तो उन्होंने हल अं ता ही कर सकते हैं जे असी आप पावर चाहवे, इन्हों तो मंग के सूँ कुछ नहीं मिल सकता। ਕਿਹੜੇ ਮੁੱਦਿਆਂ ਦੀ ਲੜਾਈ ਜੇ ਹੈ 2022 ਲਈ ਚਣ? ਦੇਖੋ ਸਭ ਤੋਂ ਵੱਡੀ ਗੱਲ, ਮੰਡਲ ਕਮਿਸ਼ਨ ਨੇ ਇੱਕ ਰਿਪੋਰਟ ਲਾਗ ਕੀਤੀ ਸੀ, ਉਹਦੇ ਵਿੱਚ 27% ਰਿਜ਼ਰਵੇਸ਼ਨ ਸਾਡੀ ਸੀ OBC ਦੀ, ਨਹੀਂ ਕਰ ਰਹੀ ਲਾਗੂ ਟਿਕਟਾਂ। ਅੱਜ ਟਿਕਟਾਂ ਦੀ ਗੱਲ ਆਉਂਦੀ ਹੈ, ਬਾਕੀ ਕਈ ਐਸੀ ਕਾਸਟ ਹੈਗੀਆਂ ਜਿਨ੍ਹਾਂ ਦੇ ਹਿਸਾਬ ਨਾਲ ਉਹਨਾਂ ਨੂੰ 8, 9, 10 ਸੀਟਾਂ ਚਾਹੀਦੀਆਂ, ਉਹ 50-50 ਚੋਣ ਲੜਦੇ ਆ, ਸਾਨੂੰ 49 ਚਾਹੀਦੀਆਂ, ਸਾਨੂੰ 2 ਜਾਂ 3 ਦੇ ਇਕੱਠ ਕਰ ਦਿੰਦੇ ਆ, ਉਹ ਵੀ ਉੱਥੇ ਦਿੰਦੇ ਆ, ਇਹ ਨਹੀਂ ਕਿ OBC ਦਿੰਦੇ ਆ, ਜਿੱਥੋਂ ਦੀ ਮਜ਼ਬੂਰੀ ਬਣ ਜਾਂਦੀ ਆ ਵੀ ਇੱਥੋਂ ਦੇਣੀ ਹੀ ਪੈਣੀ ਆ। ਮਲਕੀ ਜੀ, ਆਪਾਂ ਜਦ ਗੱਲ ਕਰਦੇ ਨੇ ਆਪਾਂ ਕਹਿੰਦੇ ਹਮੇਸ਼ਾ ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡਿਆ ਜਾਂਦਾ, ਤੁਹਾਨੂੰ ਨਹੀਂ ਲੱਗਦਾ ਕਿ ਹੁਣ ਆਪਾਂ ਇਸ ਚੀਜ਼ਾਂ ਦੀ ਜਦ ਗੱਲ ਕਰਦੇ ਹਾਂ, ਆਪਾਂ ਅਧਿਕਾਰਾਂ ਦੀ ਗੱਲ ਕਰਦੇ ਨੇ, ਕਿਤੇ ਨਾ ਕਿਤੇ ਜਦੋਂ ਵੋਟ ਬੈਂਕ ਦੀ ਕਹਿੰਦੇ ਆ ਕਿ ਸਿਆਸਤ ਦੇ ਦਿਨ ਨਜ਼ਦੀਕ ਆ ਜਾਂਦੇ, ਵੋਟ ਨਜ਼ਦੀਕ ਆ ਜਾਂਦੇ ਨੇ, ਚੋਣ ਹੋਣ ਵਾਲੀ ਹੈ, ਉਸੇ ਵੇਲੇ ਜੇ ਹੈ ਇਹ ਮੁੱਦੇ ਜਿਹੇ ਸਾਹਮਣੇ ਆਉਂਦੇ ਨੇ। ਇਸ ਸਿਸਟਮ ਨੂੰ ਖਤਮ ਕਰਨ ਵਾਸਤੇ ਇੱਕ ਵਾਰੀ ਇਸ ਸਿਸਟਮ ਦੇ ਵਿੱਚ ਆਉਣਾ ਪੈਂਦਾ, ਹੁਣ ਅਸੀਂ ਆ ਗਏ, ਮੈਂ ਕਹਿ ਰਿਹਾ ਸਿਸਟਮ ਚੇਂਜ ਕਰਾਂਗੇ ਅਸੀਂ। ਤੁਸੀਂ ਸਿਸਟਮ ਦਾ ਹਿੱਸਾ ਵੀ ਤਾਂ ਰਹੇ ਹੋ। ਮੈਂ ਉਹੀ ਕਹਿ ਰਿਹਾ, ਹਿੱਸਾ ਰਹਿ ਕੇ ਵੀ ਮੇਰੇ ਕੋਲ ਉਹ ਤਾਕਤ ਨਹੀਂ ਸੀ, ਆਵਜ ਵਨ ਆਫ ਆਊਟ ਆਫ 20 or 18 or 40, ਆਵਜ ਜਸਟ ਵਨ, ਨੋਬਡੀ ਲਿਸਨ, ਸਾਡੀ ਗੱਲ ਨਹੀਂ। ਕੈਬਨਿਟ ਦਾ ਹਿੱਸਾ ਰਹੇ ਹੋ, ਤੁਸੀਂ ਕੈਬਨਿਟ ਮਿਨਿਸਟਰ ਰਹੇ ਹੋ, ਸਾਬਕਾ ਕੈਬਨਿਟ ਮਿਨਿਸਟਰ ਰਹੇ ਹੋ, ਤੁਹਾਨੂੰ ਕੀ ਲੱਗਦਾ ਕੀ ਕਮਜ਼ੋਰੀਆਂ ਰਹੀਆਂ ਨੇ ਜਿਸ ਦੇ ਉੱਤੇ ਤੁਸੀਂ ਹੁਣ ਇਸ ਵੇਲੇ ਜੇ ਕੰਮ ਕਰਨਾ ਚਾਹੁੰਦੇ ਹੋ? ਕਮਜ਼ੋਰੀ ਇਹ ਰਹੀਆਂ ਕਿ ਮੈਂ ਓਨਸਟ ਸੱਚਾ ਆਦਮੀ ਹਾਂ, ਮੂੰਹ 'ਤੇ ਗੱਲ ਬੋਲਦਾ, ਜਦੋਂ ਮੈਂ ਸੱਚੀ ਗੱਲ ਕਹਿੰਦਾ ਸੀ ਉੱਥੇ ਮੈਨੂੰ ਸਰਬ ਕਰਦੇ ਸਾਰੇ ਇਕੱਠੇ ਹੋ ਕੇ, ਕੈਬਨਿਟ ਬੋਲਣ ਹੀ ਦਿੰਦੇ ਸੀ ਕਿ ਮੈਂ ਆਪਣੀ ਮੰਗ ਰੱਖ ਲੂੰ, ਉੱਥੇ ਜੇ ਕੋਈ ਐਸਾ ਮੁੱਦਾ ਫਸ ਜਾਂਦਾ ਜੀ ਕਰਨਾ ਹੀ ਪੈਣਾ, ਫਿਰ ਇਹ ਚਾਰ ਬੈਠੇ ਹੁੰਦੇ ਨਾ ਜਿਵੇਂ ਸਟੂਜ ਕਹਿ ਸਕਦੇ ਆਪਾਂ CM ਦੇ ਆਲੇ ਦੁਆਲੇ, ਉਹ ਕਹਿਣਗੇ ਜੀ ਏਜੰਡਾ CM 'ਤੇ ਛੱਡ ਦਿਓ, ਉਹ ਡਿਸਾਈਡ ਕਰਨਗੇ, ਉਹ ਜੋ ਚਾਹੁੰਦੇ ਕਰ ਲੈਂਦੇ ਸੀ। ਅਜਿਹੇ ਕਿਹੜੇ ਬੰਦੇ ਸੀ ਜੋ ਤੁਹਾਡੇ ਏਜੰਡੇ ਸੀ ਉਹਨਾਂ ਦੇ ਉੱਤੇ ਜੇ ਵਰਕ ਨਹੀਂ ਕਰਨ ਦਿੰਦੇ ਸੀ? ਤੁਸੀਂ ਦੇਖ ਲਓ, ਤੁਹਾਨੂੰ ਪਤਾ ਜੀ ਹਰੇਕ ਚੀਫ ਮਿਨਿਸਟਰ ਨਾਲ 3-4 ਹੁੰਦੇ ਆ ਨਾ, ਉਹੀ ਬੈਠ ਸਾਡੇ ਸਮੇਂ ਤੇ ਕੌਣ ਸੀਗੇ ਤੁਹਾਨੂੰ ਕੋਈ ਪਤਾ ਹੈ? ਤੁਹਾਨੂੰ ਜੋ ਪਤਾ ਮੈਂ ਮੰਤਰੀ ਕਦੋਂ ਸੀ, ਤੁਹਾਨੂੰ ਪਤਾ ਕੌਣ ਕੌਣ ਸੀ ਉੱਥੇ, ਉਹੀ ਪਹਿਲਾਂ ਸੀ ਉਹੀ ਹੁਣ ਚੱਲੇ ਆਉਂਦੇ ਆ। ਕੀ ਹੈ ਬੇੜਾ ਗਰਕ ਕਰਨ ਲਈ ਉਹ ਨੇ, ਕੈਪਟਨ ਅਮਰਿੰਦਰ ਸਿੰਘ ਦਾ ਆਪਣਾ ਕਸੂਰ ਕੋਈ ਨਹੀਂ, ਹੀ ਦੇ ਵੈਰੀ ਗੁੱਡ ਮੈਨ, ਵੈਰੀ ਗੁੱਡ ਇਨਸਾਨ, ਬਹੁਤ ਅੱਛਾ ਪੋਲੀਟੀਸ਼ੀਅਨ ਹੈ, ਤਜਰਬੇਕਾਰ ਹੈ, ਸਟੇਟ ਨੂੰ ਸੰਭਾਲ ਸਕਦਾ ਹੈ, ਪਰ ਉਹਦਾ ਚੁਗਿਰਦਾ ਮਾੜਾ ਸੀ ਜਿਹੜਾ ਲੈ ਕੇ ਬੈਠੇ। ਉਹ ਵੀ ਨਵੀਂ ਪਾਰਟੀ ਐਲਾਨ ਕਰਨ ਵਾਲੇ ਨੇ ਕੱਲ੍ਹ ਨੂੰ, ਕੀ ਤੁਸੀਂ ਉਹਨਾਂ ਦੀ ਪਾਰਟੀ ਦਾ ਹਿੱਸਾ ਬਣਾ ਸਕਦੇ ਹੋ, ਉਹਦੇ ਨਾਲ ਮਿਲ ਸਕਦੇ ਹੋ?
देखो जी मैं नहीं किसी को कहता ना मैं किसी को जावा कि मेरे को उन्होंने को सब डिवाइडेड हाउस है मेरे को अपना 42% हाउस है जिन्हें मेरे को जी आया वेलकम साडा एजेंडा एक्सैप्ट करे जी आया बल्कि जी कि देखते हो हूँ अगर कैप्टन अमरिंदर सिंह की गल की जाए उन्होंने जो महिला मित्र है अरूसा को लैके क्योंकि पंजाब के मुद्दे लोग भुल गए हैं हूँ अरूसा आलम ज़्यादा हाईलाइट किया जा रहा है मुद्दे तो पिछले रह गए अरूसा आलम ज़्यादा हाईलाइट हो रही है वो सारी पॉलिटिक्स है जी टोटल पॉलिटिक्स उस 17 साल की तो रह रही है उद याद नहीं जिन्हें मंत्री से अच्छ उन्हें फोटो रिलीज की कैप्टन साहब ने 14-15 फोटो ने सारे ही लैब च बैठे है उदो नहीं पता उस आलम है उदो पैसे भी देंगे सी उतो काम भी कराते अपने मिनिस्टर भी बनते थे उदो रूस आलम वधिया सी अज रूस आलम माड़ी हो गई यह सारी पॉलिटिक्स है कोई कसूर नहीं पहला UPA सरकार से उन्होंने वीजा दिता NDA सरकार आई उन्हें वीजा दिता रूस आलम कोई जंप तो कर नहीं गई उतो वीजा लेके आई ना लीगली रही सारे लीडर फोटो वो दी उ रूस आलम अज है किन्ने का चो आप चोणा की जब गल करते कि सीटा से चोन लड़न की तैयारी कर रहे 117 मैं तो दस दी कि साढ़े नी सीट बिनवी सी जो दस रहे 117 जो है उसके उत्ते सीटा के उत्ते जो चोन लड़न वाले हैं तो आने वाले दिनों के होर भी बड़े खुलासे जो है अहम जो है कैमरामैन दविंदर के नाल ही रूप जलवान फैक्ट न्यूज़।